नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर के फतेहगढ़ चूड़िया रोड पर बाईपास पर मोटरसाइकिल और स्कॉर्पियो में हुई भीषण टक्कर, 3 नौजवानों की हुई मौत। अमृतसर के तरन तारण रोड पर स्कूल और गुरुद्वारा साहिब के नज़दीक लगे कूड़े के ढेर, स्कूली बच्चों और राहगीरों का गुजरना हुआ दुभर। और अब हलचल विस्तार से। अमृतसर के फतेहगढ़ चूड़िया रोड बाईपास पर देर रात एक मोटरसाइकिल और स्कॉर्पियो गाड़ी में भीषण टक्कर हो गई, जिस कारण मोटरसाइकिल सवार 3 नौजवानों की मौत हो जाने का मामला सामने आया है। तो वहीं मृतक के पारिवारिक सदस्यों द्वारा आरोप लगाया जा रहा है कि उनके नौजवान बेटों की एक्सीडेंट से मौत नहीं हुई है, बल्कि उनका कत्ल किया गया है। और नौजवानों को पिछले कई दिनों से धमकियां भी मिल रही थी, जिस कारण उन्हें संदेह है कि धमकियां देने वाले लोगों द्वारा ही उनके नौजवान बेटों को मारा गया है। इसलिए उन्होंने पुलिस प्रशासन से मांग की है कि आसपास लगे सीसीटीवी कैमरे खंगवा ली जाए, ताकि पता लगाया जा सके कि नौजवानों की मौत का असल कारण क्या है। तो वहीं पारिवारिक सदस्यों ने कहा कि जब तक उन्हें इंसाफ नहीं मिलता, तब तक वे सड़क जाम कर रोष प्रदर्शन करेंगे। तो वहीं घटना की सूचना मिलते ही मौके पर पहुंचे पुलिस अधिकारी केबल सिंह ने कहा कि मामले की जांच की जा रही है और आसपास लगे सीसीटीवी कैमरे खंगाले जा रहे हैं। फिलहाल शवों को कब्जे में लेकर पोस्टमार्टम के लिए भिजवा दिया गया है। पोस्टमार्टम के बाद शवों को परिजनों के हवाले कर दिया जाएगा। अमृतसर से हलचल के लिए सुनील खोसला की रिपोर्ट। मेरा नाम अंजल है गाजे, मैं और मेरी छोटी सिस्टर है गिया। उन्हें एक्चुअली रात ही 3 जने सीगे। पहले मेरे ब्रदर नु फोन आया कि वो पहले घर ही आ रहा सीगा, काफी लेट नाइट। ਜਿਹੜੇ 3 ਲੜਕੇ ਸੀ ਨਾ ਉਹ ਫਰੈਂਡ ਸਰਕਲ ਹੀ ਸੀਗਾ। ਜਦੋਂ ਉਹ ਇਕੱਠੇ ਗਏ ਆ, ਉਹਨਾਂ ਨੂੰ ਕਿਸੇ ਨੇ ਕਾਲ ਕੀਤੀ ਆ ਕਿ ਤੁਸੀਂ ਇੱਥੇ ਆਣ ਕੇ ਸਾਡੇ ਨਾਲ ਕੋਈ ਰਾਜੀਨਾਮਾ ਕਰ ਲਓ, ਕੋਈ ਰਿਲੇਟਡ ਕੋਈ ਹੋਣੀ ਆ, ਕੋਈ ਇਹਨਾਂ ਦੀ ਪੁਰਾਣੀ ਲੜਾਈ ਵਗੈਰਾ। ਤੇ ਉਹਦੇ ਰਿਲੇਟਡ ਹੀ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੀ ਕੋਈ ਲੜਾਈ ਹੋਈ ਆ ਤੇ ਆਪਾਂ ਰਾਜੀਨਾਮਾ ਕਰਾ ਦਿੰਦੇ ਆ। ਜਦੋਂ ਉਹ ਉੱਥੇ ਪਹੁੰਚੇ ਆ ਰਾਜੀਨਾਮਾ ਵਗੈਰਾ ਕਰਾਉਣ ਵਾਸਤੇ, ਉਦੋਂ ਡਾਇਰੈਕਟ ਉਹਨਾਂ ਦੇ ਉੱਪਰ ਮਤਲਬ ਅਟੈਕ ਕੀਤਾ ਵਾ। ਉਹਨਾਂ ਨੇ ਡਾਇਰੈਕਟ ਉਹਨਾਂ ਨੂੰ ਮਾਰ ਦਿੱਤਾ। ਕੋਈ ਇਹ ਨਹੀਂ ਕਿ ਚਲੋ ਉਹਨਾਂ ਨੂੰ ਕੋਈ ਇੰਜਰੀ ਦਿੱਤੀ ਹੋਵੇ। ਜਦੋਂ ਉਹਨਾਂ ਨੂੰ ਦੇਖਿਆ, ਉਹ ਕਹਿੰਦੇ ਕਿ ਇੱਕ ਐਕਸੀਡੈਂਟ ਆ, ਪਰ ਉਹ ਦੇਖਣ 'ਚ ਕੋਈ ਵੀ ਬੰਦਾ ਜੱਜ ਕਰ ਲੂਗਾ ਕਿ ਇਟ ਇਜ਼ ਨੋਟ ਐਕਸੀਡੈਂਟ, ਇਟਸ ਅ ਮਤਲਬ ਇੱਕ ਬਲੰਟ ਹੈ, ਉਹਦੇ ਕਟਿੰਗ ਹੈਗੀ ਆ, ਉਹਦੇ ਹੈਡ ਦੇ ਉੱਪਰ ਉਹਦੇ ਹੇਅਰ ਨਿਕਲੇ ਹੋਏ ਆ, ਉਹਦੇ ਸ਼ਾਰਪ ਇੰਜਰੀਜ਼ ਹੈਗੀਆਂ ਆ, ਉਹਦੇ ਇੱਥੇ ਆਰਮ ਦੇ ਉੱਪਰ ਵੀ ਕਾਫੀ ਜ਼ਿਆਦਾ ਸ਼ਾਰਪ ਹੈ, ਉਹਦੇ ਪੂਰੀ ਗੋਲੀ ਦਾ ਨਿਸ਼ਾਨ ਬਣਿਆ ਹੋਇਆ ਵਾ, ਉਹਦਾ ਪੂਰਾ ਫੇਸ ਤਿੰਨਾਂ ਦੇ ਪੂਰੇ ਫੇਸ ਤੇ ਹੀ ਹੈਗੀ ਆ। ਜਿਹੜਾ ਇੱਕ ਲੜਕਾ ਉਹਦੇ ਮੇਰਾ ਜਿਹੜਾ ਬ੍ਰਦਰ ਉਹਦਾ ਨਾਮ ਸਾਹਿਲ ਆ, ਇੱਕ ਲੜਕਾ ਸੋਨੂ ਆ ਤੇ ਤੀਸਰਾ ਲੜਕਾ ਜਿਹੜਾ ਉਹ ਜਗਿੰਦਰ ਆ। ਉਹ ਤਿੰਨੋਂ ਜਾਣੇ ਤੇ 30 ਤੋਂ 35 ਦੇ ਵਿੱਚ ਹੀ ਹੈ। ਪੁਲਿਸ ਨੇ ਹਲੇ ਤੱਕ ਤੇ ਕੋਈ ਇੰਨਾ, ਸਵੇਰ ਤੋਂ ਬੈਠੇ ਹੋਏ ਆ ਹੁਣ ਤੱਕ ਹਲੇ ਤੱਕ ਉਹਨਾਂ ਨੇ ਕੁਛ ਏਡਾ ਤੇ ਡਾਕੂਮੈਂਟੇਸ਼ਨ ਕੀਤੀ ਨਹੀਂ ਆ। ਹੁਣ ਵੀ ਕਹੀ ਜਾਂਦੇ ਕਿ 1 ਘੰਟਾ ਲੱਗੇਗਾ, 2 ਘੰਟੇ ਲੱਗਣਗੇ, ਅਜੇ ਤੱਕ ਕੁਛ ਨਹੀਂ ਹੋਇਆ। ਉਹ ਐਕਸੀਡੈਂਟ ਕਹਿ ਰਿਹਾ, ਪਰ ਅਸੀਂ ਸ਼ੋਰ ਆ ਕਿ ਉਹ ਐਕਸੀਡੈਂਟ ਨਹੀਂ ਹੈਗਾ, ਇੱਕ ਪ੍ਰੀ ਪਲੈਨ ਮਰਡਰ ਹੈਗਾ। ਸਰ, ਰਾਤੀ ਕਰੀਬ 11:45 ਵਜੇ ਇੱਕ ਨਾਮਲੂਮ ਵਿਅਕਤੀ ਦਾ ਫੋਨ ਆਇਆ ਕਿ ਖਨਮ ਪੇਪਰ ਮਿਲ ਤੋਂ ਥੋੜ੍ਹਾ ਅੱਗੇ ਆ ਕੇ ਜਿੱਥੇ ਜਾਡ ਟਰੱਕ ਖਲੋਤੇ ਹੁੰਦੇ ਆ, ਉਹਦੇ ਸਾਹਮਣੇ ਇੱਕ ਕੁਛ ਬੰਦੇ ਜਿਹੜੇ ਆ ਉਹ ਜ਼ਖਮੀ ਹਾਲਤ ਦੇ ਵਿੱਚ ਪਏ ਨੇ ਔਰ ਉਹਨਾਂ ਦੀ ਮੌਕੇ 'ਤੇ ਮੌਤ ਵੀ ਹੋ ਚੁੱਕੀ ਆ। ਜਿਸ 'ਤੇ ਮੈਨੇ ਅਸੀਂ ਸਵੇਰ ਸਾਥੀ ਕਰਮਚਾਰੀਆਂ ਮੌਕੇ ਪਰ ਪੁੱਜਾ, ਜਾ ਕੇ ਦੇਖਿਆ ਅਤੇ ਸੜਕ ਦੇ ਕਿਨਾਰੇ ਇੱਕ 25 ਮੋਟਰਸਾਈਕਲ ਲਾਲ ਔਰ ਕਾਲੇ ਰੰਗ ਦਾ ਪਿਆ ਸੀ। ਪਲਸਰ ਮੋਟਰਸਾਈਕਲ ਸੜਕ ਦੇ ਕਿਨਾਰੇ ਲਾਲ ਅਤੇ ਕਾਲੇ ਰੰਗ ਦਾ ਪਿਆ ਸੀ ਅਤੇ ਲਾਗੇ 2 ਲਾਸ਼ਾਂ ਪਈਆਂ ਸਨ ਅਤੇ ਤੀਸਰੇ ਬੰਦੇ ਨੂੰ ਕੁਛ ਰਾਹਗੀਰਾਂ ਦੇ ਸਵਾਰੀ ਦਾ ਪ੍ਰਬੰਧ ਕਰਕੇ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ। ਜੋ ਬਾਅਦ 'ਚ ਪਤਾ ਲੱਗਾ ਕਿ ਸਟ੍ਰੈਚਰ 'ਤੇ ਪਾ ਕੇ ਜਦੋਂ ਗੁਰੂ ਨਾਨਕ ਹਸਪਤਾਲ ਦੇ ਅੰਦਰ ਲਿਜਾ ਰਹੇ ਸੀ, ਉਸ ਨੂੰ ਡਾਕਟਰ ਸਾਹਿਬ ਨੇ ਬਾਹਰ ਆ ਕੇ ਦੇਖਿਆ ਤਾਂ ਉਹਦੀ ਵੀ ਮੌਤ ਹੋ ਚੁੱਕੀ ਸੀ। ਜਿਸ 'ਤੇ 3 ਲਾਸ਼ਾਂ ਨੂੰ, 2 ਲਾਸ਼ਾਂ ਜਿਹੜੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਮੋਚਰੀ ਦਿਖਾਇਆ ਗਿਆ, ਤੀਜੇ ਨੂੰ ਸਿਵਲ ਹਸਪਤਾਲ ਗੁਰੂ ਨਾਨਕ ਹਸਪਤਾਲ ਦੇ ਵਿੱਚ ਰਖਾਇਆ ਗਿਆ। ਉਸ ਤੋਂ ਬਾਅਦ ਸਵੇਰ ਤੋਂ ਹੀ ਅਸੀਂ ਜਿਹੜੇ ਆ ਟੀਮਾਂ ਲਾ ਕੇ ਕੈਮਰਿਆਂ ਦੀ ਚੈਕਿੰਗ ਕਰ ਰਹੇ ਹਾਂ, ਵੇਰਕੇ ਤੋਂ ਲੈ ਕੇ ਜੰਗਾਲੇ ਤੱਕ ਟੀਮਾਂ ਲੱਗੀਆਂ। ਜਿਹੜੇ ਖੰਡਾ ਪੇਪਰ ਮਿਲਦੇ ਕੈਮਰੇ ਚੈੱਕ ਕੀਤੇ ਗਏ, ਸਾਹਮਣੇ ਮੌਲ ਦੇ ਵੀ ਕੈਮਰੇ ਚੈੱਕ ਕੀਤੇ ਗਏ ਜਿੱਥੇ ਲਾਸ਼ਾਂ ਪਈਆਂ ਸਨ, ਉਹਦੇ ਵਿੱਚ ਹਲਦੀ ਘੜੀ ਕੁਛ ਵੀ ਸਾਹਮਣੇ ਨਹੀਂ ਆਇਆ। ਫਿਰ ਵੀ ਹੁਣ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ
ਜਿਹਦਾ ਐਫ ਆਈ ਆਰ ਦਾ ਨੰਬਰ ਕੁਛ ਹੀ ਮਿੰਟਾਂ ਵਿੱਚ ਆਪ ਜੀ ਨੂੰ ਪ੍ਰੋਵਾਈਡ ਹੋ ਜਾਏਗਾ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਵਾਲੇ ਕੀਤੀਆਂ ਜਾਣਗੀਆਂ। ਅਗਰ ਦੌਰਾਨੇ ਤਫਤੀਸ਼ ਕੋਈ ਇਹੋ ਜਿਹਾ ਕਾਰਨ ਪਾਇਆ ਜਾਂਦਾ ਕਿ ਐਕਸੀਡੈਂਟ ਦਾ ਜਾਂ ਕੋਈ ਰੰਜਿਸ਼ ਦਾ ਜਾਂ ਕਤਲ ਦਾ ਅਤੇ ਵਾਧਾ ਜੁਰਮ ਕਰਕੇ ਉਹ ਬੰਦਿਆਂ ਦੀ ਗ੍ਰਿਫਤਾਰੀ ਪਾਈ ਜਾਏਗੀ ਔਰ ਇਹਨਾਂ ਨੂੰ ਇਨਸਾਫ ਦਵਾਇਆ ਜਾਏ। ਗੁਰੂ ਨਗਰੀ ਅੰਮ੍ਰਿਤਸਰ ਕੇ ਗੁਰਦੁਆਰਾ ਸ਼ਹੀਦਾ ਸਾਹਿਬ ਕੇ ਨਜ਼ਦੀਕ ਤਰਨ ਤਾਰਨ ਰੋਡ ਪਰ ਕੂੜੇ ਕੇ ਡੰਪ ਪਰ ਬੜੇ ਬੜੇ ਢੇਰ ਲਗੇ ਹੋਏ ਹੈ ਜਿਸ ਕਾਰਨ ਸਕੂਲ ਕੋ ਜਾਣੇ ਵਾਲੀ ਵਿਦਿਆਰਥੀ ਮੁਹੱਲਾ ਵਾਸੀ ਔਰ ਦੁਕਾਨਦਾਰ ਬਹੁਤ ਅਧਿਕ ਪਰੇਸ਼ਾਨ ਹੈ ਕਿਉਂਕਿ ਕੂੜੇ ਕੇ ਲਗੇ ਇਨ ਢੇਰੋਂ ਕੇ ਕਾਰਨ ਆਣੇ ਜਾਣੇ ਵਾਲੇ ਲੋਕੋਂ ਕੋ ਭਾਰੀ ਬਦਬੂ ਕਾ ਸਾਹਮਣਾ ਕਰਨਾ ਪੜਤਾ ਹੈ ਤੋ ਵਹੀਂ ਇਨ ਕੂੜੇ ਕੇ ਢੇਰੋਂ ਕੀ ਵਜ੍ਹਾ ਸੇ ਬਿਮਾਰੀਆਂ ਫੈਲਨੇ ਕਾ ਡਰ ਬਣਾ ਹੁਆ ਹੈ ਜਿਸੇ ਲੇਕਰ ਲੋਕੋਂ ਕਾ ਕਹਿਣਾ ਹੈ ਕਿ ਪ੍ਰਸ਼ਾਸਨ ਕੋ ਇਸ ਤਰਫ ਧਿਆਨ ਦੇਣਾ ਚਾਹੀਏ ਔਰ ਜਲਦ ਸੇ ਜਲਦ ਇਨ ਕੂੜੇ ਕੇ ਢੇਰੋਂ ਕੋ ਯਹਾਂ ਸੇ ਉਠਾਨਾ ਚਾਹੀਏ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਹਰਪਾਲ ਸਿੰਘ ਜੋ ਕਿ ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦਾ ਚੇਅਰਮੈਨ ਆ, ਨਿਊ ਇੰਤਜ਼ਾਮੀ ਕਲੋਨੀ ਆ, ਮੇਨ ਰੋਡ ਲੰਘਦਾ ਐਸ ਬਣੇ ਰਾਂਝੇ ਵੇਲੀ ਅਤੇ ਇਸ ਬਣੇ ਨਿਊ ਇੰਤਜ਼ਾਮੀ ਕਲੋਨੀ ਆ। ਮੇਨ ਰਸਤਾ ਆ ਵੀ ਇੱਥੇ ਜਿਹੜਾ ਲੋਕ ਗੰਦ ਪਾਉਂਦੇ ਆ, ਇੱਥੇ ਕੁੱਤਿਆਂ ਦੇ ਘਰਾਂ ਦੇ ਗੰਦ, ਮਰੇ ਕੁੱਤੇ ਸੁੱਟ ਜਾਂਦੇ ਆ, ਮਰੇ ਬਿੱਲੀਆਂ ਸੁੱਟ ਜਾਂਦੇ ਆ, ਸਮੈਲ ਇੰਨੀ ਆਉਂਦੀ ਆ ਕਿ ਇੱਥੇ ਲੰਘਣਾ ਔਖਾ। ਆਹ ਦੁਕਾਨਦਾਰ ਸਾਡੇ ਭਰਾ ਜਿਹੜੇ ਆ ਇੰਨੇ ਦੁਖੀ ਆ, ਰੋਟੀ ਨਹੀਂ ਖਾਧੀ ਜਾਂਦੀ ਬਹਿ ਕੇ, ਲੋਕ ਬਿਮਾਰ ਹੋ ਗਏ ਆ, ਲੋਕਾਂ ਸਾਹ ਦੀ ਬਿਮਾਰੀ ਲੱਗ ਗਈ ਆ। ਇਹ 2-3 ਮਹੀਨੇ ਤੋਂ ਬਹੁਤ ਜ਼ਿਆਦਾ ਇੱਥੇ ਗੰਦ ਪੈਣਾ ਸ਼ੁਰੂ ਹੋਇਆ ਵਾ। ਇਹ ਸਾਡਾ ਸਕੂਲ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਇੱਥੇ ਨਿਊ ਅੰਤਰਯਾਮੀ ਕਲੋਨੀ 'ਚ ਹੈ ਔਰ ਇੱਥੇ ਇੱਕ ਕੂੜੇ ਦਾ ਬਹੁਤ ਵੱਡਾ ਡੈਂਪ ਬਣਦਾ ਜਾ ਰਿਹਾ ਹੈ। ਇਸ ਇਹ ਬਿਲਕੁਲ ਸਾਡਾ ਸਕੂਲ ਬਿਲਕੁਲ ਲਾਗੇ ਹੈ ਔਰ ਇੰਨੀ ਜ਼ਿਆਦਾ ਇੱਥੇ ਸਮੈਲ ਹੁੰਦੀ ਹੈ ਕਿ ਅਸੀਂ ਇੱਥੋਂ 1 ਮਿੰਟ ਵੀ ਖੜ੍ਹਾ ਨਹੀਂ ਹੋਇਆ ਜਾਂਦਾ, ਲੰਘਣਾ ਤਾਂ ਦੂਰ ਦੀ ਗੱਲ ਹੈ। ਸਾਡੇ ਬੱਚੇ ਸਾਡਾ ਇਹੀ ਰਸਤਾ ਹੈ, ਇੱਥੋਂ ਬੱਚੇ ਆਉਂਦੇ ਹਨ, ਪੇਰੈਂਟਸ ਆਉਂਦੇ ਹਨ, ਹੋਰ ਸਾਰੇ ਰਾਹਗੀਰ ਇੱਥੋਂ ਨਿਕਲਦੇ ਹਨ ਪਰ ਨਿਕਲਣਾ ਇੰਨਾ ਮੁਸ਼ਕਿਲ ਹੈ ਕਿ ਸਾਰੀਆਂ ਬਿਮਾਰੀਆਂ ਇੱਥੇ ਫੈਲ ਰਹੀਆਂ ਹਨ ਔਰ ਸਾਡੇ ਬੱਚੇ ਕਾਫੀ ਬਿਮਾਰ ਹੋ ਗਏ ਹਨ, ਟੀਚਰਸ ਬਿਮਾਰ ਹੋ ਗਏ ਹਨ ਅਤੇ ਇਹ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਜੋ ਡੰਪ ਹੈ, ਜੋ ਕੂੜਾ ਇੱਥੇ ਲੋਕ ਸੁੱਟ ਕੇ ਜਾਂਦੇ ਹਨ, ਜਾਂ ਤਾਂ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਔਰ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਡੰਪ ਜਲਦੀ ਤੋਂ ਜਲਦੀ ਇੱਥੋਂ ਰਿਮੂਵ ਕਰਵਾਇਆ ਜਾਵੇ, ਸਾਫ਼ ਸਫਾਈ ਕਰਵਾਈ ਜਾਵੇ। ਹਾਂਜੀ ਭਾਅ ਜੀ, ਕੀ ਨਾਮ ਆਪਣਾ? ਮੇਰਾ ਨਾਮ ਸਿਮਰਨਦੀਪ ਸਿੰਘ ਆ। ਕੀ ਗੱਲਬਾਤ ਹੋਈ ਜਿਹੜਾ ਤੁਸੀਂ ਅੱਜ ਡੰਪ? ਗੱਲਬਾਤ ਇਹ ਹੋਈ ਹੈ ਜੀ, ਇੱਥੇ ਡੇਲੀ ਗੱਡੀਆਂ ਵਾਲੇ ਕੂੜਾ ਸੁੱਟ ਜਾਂਦੇ ਆ, ਲੋਕ ਕੂੜਾ ਸੁੱਟ ਜਾਂਦੇ ਆ, ਅਸੀਂ ਬਹੁਤ ਪਰੇਸ਼ਾਨ ਆ। ਸੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇੱਥੋਂ ਸਿਕਿਉਰਿਟੀ ਗਾਰਡ ਰੱਖਿਆ ਜਾਵੇ ਤਾਂ ਜੋ ਕੋਈ ਇੱਥੇ ਕੂੜਾ ਨਾ ਸੁੱਟੇ, ਜੇ ਕੂੜਾ ਸੁੱਟਦਾ ਵਾ ਉਹਦੇ ਪਰ ਬਣਦੀ ਕਾਰਵਾਈ ਕੀਤੀ ਜਾਵੇ। ਸਾਡੇ ਮੇਰੀ ਦੁਕਾਨ ਹੈ ਜੀ, ਤੁਸੀਂ ਦੇ ਸਕਦੇ ਹੋ। ਮੈਂ ਇਸੇ ਦੁੱਖੋ ਦੁਖੀ ਹੋ ਕੇ ਮੈਂ ਵੇਚਣ ਲਈ ਆ, ਨਾ ਕੋਈ ਲੰਘਦਾ, ਜੋ ਵੀ ਬੰਦਾ ਲੰਘਦਾ ਨੱਕ ਬੰਦ ਕਰਕੇ ਲੰਘਦਾ ਵਾ, ਕਸਟਮਰ ਇੱਥੇ ਕੋਈ ਆਉਂਦਾ ਨਹੀਂ ਆ। ਸੋ ਇਸ ਲਈ ਮੈਂ ਦੁਕਾਨ ਸੇਲ ਕਰਨੀ ਵੀ ਲੱਗਦੀ ਆ, ਇਹ ਕੂੜੇ ਦੇ ਦੁਖੀ ਹੋ। ਅੰਮ੍ਰਿਤਸਰ ਮੇ ਉਪ ਚੁਣਾਵੋਂ ਕੋ ਲੇਕਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਾ ਬਿਆਨ ਸਾਹਮਣੇ ਆਇਆ ਹੈ ਜਿਸ ਮੇ ਉਨ੍ਹਾਂ ਨੇ ਕਿਹਾ ਕਿ ਉਪ ਚੁਣਾਵ ਹੋਣੇ ਜਾ ਰਹੇ ਔਰ ਵੇ ਚਾਰੋ ਉਪ ਚੁਣਾਵ ਜੀਤੇਂਗੇ। ਵਹੀਂ ਉਨ੍ਹਾਂ ਬਤਾਇਆ ਕਿ ਪਾਰਟੀ ਹਾਈਕਮਾਨ ਕੀ ਔਰ ਸੇ ਡੇਰਾ ਬਾਬਾ ਨਾਨਕ ਮੇ ਉਨ੍ਹੇ ਇੰਚਾਰਜ ਲਗਾਇਆ ਗਿਆ ਹੈ ਔਰ ਵੇ ਇਹ ਸੀਟ ਜੀਤ ਕਰ ਮੁੱਖ ਮੰਤਰੀ ਕੀ ਝੋਲੀ ਮੇ ਡਾਲੇਂਗੇ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੁਣਾਵੋਂ ਮੇ ਵੀ ਪਾਰਟੀ ਨੇ ਬੜੀਆ ਪ੍ਰਦਰਸ਼ਨ ਕੀਆ ਹੈ, ਉਨ੍ਹਾਂ ਕੀ ਪਾਰਟੀ ਕਮ ਵੋਟੋਂ ਸੇ ਹੀ ਹਾਰੀ ਥੀ। ਉਨ੍ਹਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਕੇ ਲੋਕ ਆਮ ਆਦਮੀ ਪਾਰਟੀ ਕੋ ਚਾਹਤੇ ਹੈ, ਇਸ ਲਈ ਆਮ ਆਦਮੀ ਪਾਰਟੀ ਵਿਪਕਸ਼ੀ ਪਾਰਟੀਆਂ ਕੋ ਬੁਰੇ ਤਰੀਕੇ ਸੇ ਹਰਾਏਗੀ। ਅੰਮ੍ਰਿਤਸਰ ਸੇ ਹਲਚਲ ਕਰੀ ਸੁਨੀਲ ਫੋਸਲਾ ਕੀ ਰਿਪੋਰਟ। ਜਿਮਨੀ ਚੋਣ ਹੋ ਰਹੀ ਆ, ਅਸੀਂ ਜਿੱਤਦੇ ਚਾਹੁੰਦੇ, ਜਿਮਨੀ ਚੋਣਾਂ ਜਿੱਤਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਦੀਆਂ ਚਵਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿੱਤੂਗੀ ਔਰ ਡੇਰੇ ਬਾਬੇ ਨਾਨਕ ਦੇ ਵਿੱਚ ਤਾਂ ਆਪਾਂ ਇੰਚਾਰਜ ਲਾਇਆ ਸਾਨੂੰ ਸੀ ਐਮ ਸਾਹਿਬ ਨੇ, ਉਹ ਵੀ ਜਿੱਤ ਕੇ ਦਾਂਗੇ ਵਧੀਆ। ਥੋੜ੍ਹਾ ਹੀ ਲੋਕ ਸਭਾ 'ਚ ਵੀ ਬਹੁਤ ਵਧੀਆ ਪ੍ਰਦਰਸ਼ਨ ਸੀ ਸਾਡੀ ਪਾਰਟੀ ਦਾ, ਥੋੜ੍ਹੀਆਂ ਹੀ ਵੋਟਾਂ 'ਤੇ ਅਸੀਂ ਹਰੇ ਸੀਗੇ ਕਿਉਂਕਿ ਉਹ ਤਰਨਾਵਾਜੀ ਦਾ ਆਪਣਾ ਨਿੱਜੀ ਹਲਕਾ ਉਹਦੇ ਕਰਕੇ, ਬਟ ਹੁਣ ਮਤਲਬ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਹਰਾ ਦਾਂਗੇ। ਇੱਕ ਪਾਸੇ ਐਮਜੀ ਸਾਹਿਬ ਦੇ ਫੈਮਿਲੀ ਮੈਂਬਰ ਨੇ, ਇੱਕ ਪਾਸੇ ਕਾਲੂ ਸਾਹਿਬ ਨੇ, ਕਿਸ ਤਰੀਕੇ ਨਾਲ ਦੇਖਦੇ? ਨਹੀਂ ਨਹੀਂ ਉਹ ਦੋ ਪਰਿਵਾਰਾਂ ਦਾ ਪੁਰਾਣਾ ਕਬਜ਼ਾ ਸੀ, ਉਹ ਪੁਰਾਣੀਆਂ ਰੀਤਾਂ ਖਤਮ ਹੋ ਗਈਆਂ ਹੁਣ। ਪਹਿਲਾਂ ਲੜਾਈ ਦੋ ਪਰਿਵਾਰਾਂ ਦੀ, ਕਾਲੂ ਅਤੇ ਰਧਾਵਾ ਪਰਿਵਾਰ 'ਚ, ਹੁਣ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਗਏ, ਲੋਕ ਸਮਝਦੇ ਆ ਕਿ ਨਵੇਂ ਲੋਕ ਅੱਗੇ ਆਉਣੇ ਚਾਹੀਦੇ ਆ। ਸਾਰੇ ਪੰਜਾਬ 'ਚ ਹੀ ਲੋਕਾਂ ਨੇ ਚੀਜ਼ਾਂ ਰੱਦ ਕਰਤੀਆਂ, ਐਤਕਾ ਡੇਰੇ ਬਾਬੇ ਨਾਨਕ ਜੀ ਵਿੱਚ ਚੀਜ਼ਾਂ ਰੱਦ ਹੋਈਆਂ। ਦੀਪਾਵਲੀ ਕਾ ਤਿਉਹਾਰ ਵਿਸ਼ਵ ਭਰ ਮੇ ਬੜੀ ਹੀ ਧੂਮਧਾਮ ਸੇ ਮਨਾਇਆ ਜਾਤਾ ਹੈ। ਇਸ ਦਿਨ ਸਭ ਲੋਕ ਆਪਣੇ ਆਪਣੇ ਘਰੋਂ ਮੇ ਦੀਪਮਾਲਾ ਕਰਤੇ ਹੈ, ਜਿਸ ਮੇ ਸਭਸੇ ਜ਼ਿਆਦਾ ਮਹੱਤਵ ਮਿੱਟੀ ਕੇ ਦੀਓਂ ਕਾ ਹੋਤਾ ਹੈ। ਤੋ ਵਹੀਂ ਜਬ ਇਸ ਸੰਬੰਧ ਮੇ ਚੰਡਿਆਲਾ ਗੁਰੂ ਕੇ ਨਜ਼ਦੀਕੀ ਗਾਓਂ ਗਹਿਰੀ ਮੰਡੀ ਮੇ ਮਿੱਟੀ ਕੇ ਦੀਏ ਬਣਾਉਣ ਵਾਲੇ ਕੁਮਾਰ ਭਾਈਚਾਰੇ ਕੇ
व्यक्तियों से हमारी टीम ने बात की तो उन्होंने बताया कि महंगाई बहुत ज़्यादा हो चुकी है, उनकी तीसरी पीढ़ी अब इस कारोबार को कर रही है लेकिन अब कारोबार कम होने के कारण उनके बच्चे ये काम नहीं करना चाहते। उन्होंने कहा कि इस काम में मेहनत बहुत अधिक है, सुबह 3 बजे उठकर शाम 7 बजे तक पूरा परिवार मेहनत करता है जिसकी दिहाड़ी 300 रुपये बनती है जिससे घर का गुजारा करना बड़ा मुश्किल है। तो वहीं उन्होंने लोगों से अपील की है कि वे मिट्टी के दिए और बर्तनों का अधिक से अधिक इस्तेमाल करें क्योंकि मिट्टी के बर्तन में खाना बनाने से उसके पौष्टिक तत्व नष्ट नहीं होते। जंडीवाला गुरु से हलचल के लिए अश्विनी शर्मा की रिपोर्ट। ये मैनू हो गया 35-40 साल। अच्छा जी, हाँ जी। ਕਿੰਨੀ ਪੀੜੀ ਆ? ਤੀਜੀ ਪੀੜੀ। ਠੀਕ ਹੈ ਜੀ। ਤੇ ਹੁਣ ਦੇ ਵਿੱਚ ਤੋਂ ਦੋ ਚ ਕੀ ਫਰਕ ਆ? ਉਦੋਂ ਮਤਲਬ ਕਿ ਦੀਵਾ ਜ਼ਿਆਦਾ ਵਿਕਦਾ ਸੀ, ਹੁਣ ਘੱਟ ਵਿਕਦਾ। ਹੁਣ ਮੋਮਬੱਤੀਆਂ ਲੋਕੀ ਜਗਾਦੀਆਂ ਜਗਾਉਂਦੇ ਆ, ਲੜੀਆਂ ਲਾਉਂਦੇ ਆ, ਮਤਲਬ ਦੀਵੇ ਨੂੰ ਘੱਟ ਪਸੰਦ ਕਰਦੇ ਆ ਲੋਕ। ਤੇ ਮਤਲਬ ਕਿ ਦੀਵਾ ਜਗਾਉਣਾ ਚਾਹੀਦਾ ਵਾ, ਦੀਵੇ ਦਾ ਸ਼ੁੱਧ ਤਿਆਰ ਮੰਨਿਆ ਜਾਂਦਾ। ਸਰੋਂ ਦਾ ਤੇਲ ਹਰ ਇੱਕ ਇਨਸਾਨ ਨੂੰ ਦੀਵਾਲੀ ਦੇ ਤਿਉਹਾਰ 'ਤੇ ਬਾਲਣਾ ਚਾਹੀਦਾ। ਭਾਵੇਂ ਕੋਈ 5 ਦੀਵੇ ਲਵੇ, ਕੋਈ 10 ਲਵੇ, ਕੋਈ 20 ਲਵੇ, ਇਹ ਦੀਵਾਲੀ ਦੀਵੇ ਦੀ ਮੰਨੀ ਜਾਂਦੀ ਹੈ। ਜਦੋਂ ਆਪਾਂ ਅਖੰਡ ਪਾਠ ਧਰਾਉਂਦੇ ਹਾਂ ਬਾਬਾ ਉਦੋਂ ਵੀ ਦੀਵਾ ਮੰਗਾਉਂਦਾ ਵਾ, ਜਿੱਥੇ ਰੱਖ ਲਓ ਉੱਥੇ ਵੀ ਜੋਤ ਜਗਦੀ ਆ, ਉੱਥੇ ਦੀਵਾ ਹੀ ਜਗਦਾ ਵਾ। ਜਿੱਥੇ ਭਾਵੇਂ ਦਰਬਾਰ ਸਾਹਿਬ ਚਲ ਜਾਓ, ਸ਼ਹੀਦਾਂ ਦੇ ਚਲ ਜਾਓ, ਕਿਤੇ ਵੀ ਗੁਰਦੁਆਰੇ ਚਲ ਜਾਓ, ਇਹ ਦੀਵਾ ਜਿਹੜਾ ਬੜਾ ਮਸ਼ਹੂਰ ਹੈ। ਇਹ ਦੀਵਾ ਸ਼ੁਰੂ ਤੋਂ ਚੱਲਦਾ ਆਇਆ, ਨਹੀਂ ਤਾਂ ਅੱਜ ਕੱਲ੍ਹ ਦੀਵੇ ਨੂੰ ਕੋਈ ਪਸੰਦ ਨਹੀਂ ਕਰਦਾ, ਨਾ ਗਾਲੀ ਪੀੜ੍ਹੀ ਬਣਾਉਂਦੀ ਆ। ਅਸੀਂ ਪਿਛਲੇ ਬੰਦੇ ਹਾਂ, ਚਲੋ ਬਣਾਈ ਜਾਂਦੇ ਹਾਂ, ਥੋੜ੍ਹਾ ਬਹੁਤਾ ਕੰਮ ਕਰੀ ਜਾਂਦੇ, ਨਹੀਂ ਤਾਂ ਕੋਈ ਫਾਇਦਾ ਨਹੀਂ ਇਹਦਾ ਕੰਮ ਦਾ। ਕਿੰਨੀ ਮਿਹਨਤ ਕਰਨੀ ਪੈਂਦੀ? ਮਿਹਨਤ ਇਹਦੀ 14-15 ਘੰਟੇ ਸਾਨੂੰ ਲੱਗਦੇ ਆ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ। ਅਤੇ ਫਿਰ ਅਸੀਂ ਸਾਨੂੰ ਰੋਟੀ ਨਹੀਂ ਖਾਣੀ ਮਿਲਦੀ, ਪਰ ਲੋਕ ਮੁੱਲ ਨਹੀਂ ਭਰਦੇ ਦੀਵੇ ਦਾ। ਆਖ ਦਿੰਦੇ ਇੰਨਾ ਮਹਿੰਗਾ ਕੀਤਾ, ਅਸੀਂ 3 ਰੁਪਏ ਦੀ ਪਾਥੀ ਲੈ ਕੇ ਦੀਵਾ ਪਕਾਉਂਦੇ ਹਾਂ, ਅਤੇ ਇੱਕ ਭੱਠੀ ਪਾ ਦਈਏ ਅਤੇ 1000 ਰੁਪਏ ਦੀ ਪਾਥੀ ਪਾਉਂਦੀ, 10,000 ਦੀਵਾ ਪਕਾਉਣਾ ਤਾਂ 1000 ਰੁਪਏ ਦੀ ਪਾਥੀ ਪੈਣੀ ਹੈ। ਬਾਕੀ ਜਿਹੜਾ ਅਸੀਂ 4 ਜੀਆਂ ਨੇ ਖਪਣਾ ਵਾ ਉਹ ਵੱਖਰਾ, ਅਤੇ 5 ਦਿਨਾਂ 'ਚ ਜਾਂ 10,000 ਦੀਵਾ ਜਿਹੜਾ ਉਹ ਤਿਆਰ ਹੁੰਦਾ। ਮਤਲਬ ਡੇਲੀ 2000 ਲਾਉਣਾ ਸੀ ਜਿਹੜਾ ਦੀਵਾ ਤਿਆਰ ਕਰਦੇ ਜੀ। ਪੇਂਟ ਵੀ ਆਪ ਤੁਸੀਂ ਕਰਦੇ ਪਏ? ਹਾਂਜੀ, ਪੇਂਟ ਵੀ ਅਸੀਂ ਆਪ ਹੀ ਕਰਦੇ ਹਾਂ, ਦੀਵਾ ਰੰਗ ਬਿਰੰਗਾ ਅਸੀਂ ਆਪ ਹੀ ਪੇਂਟ ਕਰਦੇ। ਅਸੀਂ ਉਹ ਚਾਈਨਾ ਵਾਲਾ ਮਾਲ ਨਹੀਂ ਬਣਾਉਂਦੇ, ਅਸੀਂ ਆਪਣੇ ਹੱਥੀ ਤਿਆਰ ਕਰਨਾ, ਡਾਈ ਨਾਲ ਦੀਵਾ ਅਸੀਂ ਨਹੀਂ ਬਣਾਉਣਾ। ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ? ਅਸੀਂ ਇਹੋ ਆਉਂਦੇ ਹਾਂ ਵੀ ਇਹੋ ਤਿਆਰ ਇਹ ਆ ਵੀ ਮਿੱਟੀ ਦਾ ਬਰਤਨ ਜਿਹੜਾ ਇਹ ਵਰਤੋ, ਪਾਣੀ ਵਿੱਚ ਪੀਓ, ਸਾਗ ਵਿੱਚ ਬਣਾਓ, ਦਾਲ ਬਣਾਓ, ਅਤੇ ਬਿਮਾਰੀਆਂ ਤੋਂ ਬਚੋ। ਜੇ ਮਰਨਾ ਵਾ ਤਾਂ ਸਟੀਲ ਦੇ ਭਾਂਡੇ 'ਚ ਪਾਣੀ ਪੀਓ, ਕੁੱਕਰਾਂ 'ਚ ਦਾਲਾਂ ਬਣਾਓ, ਜੇ ਛੇਤੀ ਕਬਰਾਂ 'ਚ ਜਾਣਾ ਤੇ ਨਹੀਂ ਤਾਂ ਮਿੱਟੀ ਦਾ ਭਾਂਡਾ ਵਰਤੋਗੇ ਤਾਂ ਸਹੀ ਰਹੋਗੇ, ਨਹੀਂ ਤਾਂ ਜੇ 10 ਸਾਲ ਜ਼ਿੰਦਗੀ ਉਹਦੀ 5 ਸਾਲ ਹੀ ਰਹਿ ਜਾਣੀ ਜੀ। ਇਹ ਸਾਡਾ ਮੈਸੇਜ ਹੈ ਸਾਰਿਆਂ ਨੂੰ ਦਿੱਤਾ ਜਾਵੇ, ਭੈਣਾਂ ਭਰਾਵਾਂ ਨੂੰ ਘੜੇ ਦੇ ਵਿੱਚ ਪਾਣੀ ਪੀਓ, ਫਰਿੱਜਾਂ ਛੱਡੋ। ਲੋਕ ਆਖ ਦਿੰਦੇ ਅਸੀਂ 30-30 ਲੱਖ ਦੀ ਗੱਡੀ ਲਈ ਫਿਰਦੇ ਹਾਂ, ਇੱਕ ਮਿਆਰ ਦਾ ਭਾਂਡਾ ਬਣਿਆ ਬੰਦੇ ਨੇ 30 ਰੁਪਈਆਂ ਦੇ ਇਹਦੇ ਵਿੱਚ ਪੈ ਜਾਣਾ, ਅਤੇ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ, ਅਤੇ ਫਰਿੱਜਾਂ ਨੂੰ ਵੀ ਛੱਡੋ, ਅਤੇ ਗੱਡੀਆਂ ਨੂੰ ਵੀ ਛੱਡੋ, ਅਤੇ ਮਿੱਟੀ ਦੇ ਭਾਂਡੇ ਦਾ ਇਸਤੇਮਾਲ ਕਰੋ। ਬਲਵਿੰਦਰ ਕੌਰ ਜੀ, ਕਿੰਨੀ ਕੁ ਮਿਹਨਤ ਕਰਨੀ ਪੈਂਦੀ? ਮਿਹਨਤ ਭਾਅ ਜੀ ਕਾਫੀ ਕਰਨੀ ਪੈਂਦੀ ਸਾਨੂੰ, ਤਾਂ ਬਹੁਤ ਜ਼ਿਆਦਾ। ਸਾਰਾ ਪਰਿਵਾਰ ਹੀ ਕੰਮ ਕਰਦੇ? ਹਾਂਜੀ, ਸਾਰਾ ਪਰਿਵਾਰ। ਕਿੰਨਾ ਖਰਚਾ ਆ ਜਾਂਦਾ? ਖਰਚਾ ਭਾਅ ਜੀ ਕਾਫੀ ਆ ਜਾਂਦਾ ਜੀ ਹੁਣ। ਹਾਂਜੀ, ਖਰਚਾ ਬਸ ਹਿਸਾਬ ਨਹੀਂ ਹੈਗਾ, ਗਿਣਤੀ ਨਹੀਂ ਖਰਚੇ ਦੇ ਗਏ। ਮੋਮਬੱਤੀ ਛੱਡੋ, ਦੀਵੇ ਤੇਲ ਪਾਓ, ਦੀਵਾ ਬਾਲੋ। ਸਗਨ ਹੁੰਦਾ ਭਾਜੀ ਦੀਵੇ ਨਾਲ? ਹਾਂਜੀ, ਦੀਵਾ ਜਗਾਉਣ ਦੀਵਾ ਸਗਨ ਪੂਰਾ ਹੁੰਦਾ ਵਾ। ਇਹ ਥੋੜ੍ਹਾ ਵੀ ਮੋਤੀ ਬਾਲ ਲਈਆਂ, ਆਪਾਂ ਚੈਨਾ ਦੀਵੇ ਬਾਲ ਲੈਣੇ ਆ, ਆਪਾਂ ਕੋਈ ਦੀਵੇ ਬਾਲੇ, ਇਹ ਦੀਵੇ ਬਾਲੋ, ਤੇਲ ਪਾਓ ਵਿੱਚ, ਇਹਦੇ ਇਹਨੂੰ ਜਗਾਓ, ਦੀਵਾਲੀ ਮਨਾਓ ਇਹਦੇ ਨਾਲ। ਸਰਕਾਰ ਤੋਂ ਕੀ ਮੰਗ ਕਰਦੇ?
ਸਰਕਾਰ ਤੋਂ ਮੰਗ ਹੋਏਗੀ ਅਸੀਂ ਕਹਿੰਦੇ ਸਿੱਟ ਪਾ ਦਿਓ ਸਾਨੂੰ ਹੋਰ ਕੀ ਮੰਗ ਕਰਨੀ ਭਾਅ ਜੀ ਸਰਕਾਰ ਮੀਂਹ ਪਾਣੀ ਸਹੂਲਤ ਮਿਲ ਜਾਏ ਹਾਂ ਜਿਹੜਾ ਮੀਂਹ ਪੈਂਦਾ ਸਾਡੇ ਭਾਂਡੇ ਨਾ ਖਰਾਬ ਹੋਣ ਅਸੀਂ ਸਹੂਲਤ ਇਹੋ ਮੰਗ ਸਿੱਟ ਪੈਣੀ ਚਾਹੀਦੀ ਸਾਡੀ ਹੁਣ ਨਾ ਕੋਈ ਬੱਚਿਆਂ ਨੂੰ ਸਹੂਲਤ ਹੈਗੀ ਸਾਡਿਆਂ ਨੂੰ ਨਾ ਨਾ ਸਾਨੂੰ ਸਹੂਲਤ ਕੋਈ ਹੈਗੀ ਜੇ ਬੱਚੇ ਸਾਡੇ ਦਿਹਾੜੀ ਕਰਦੇ ਵਿਚਾਰੇ ਆ ਰੋਡ ਵੱਖਰੇ ਕਰਨੇ ਬਰੀਕ ਮਿੱਟੀ ਵੱਖਰੀ ਕਰਨੀ ਕਰਕੇ ਫਿਰ ਪਾਣੀ ਪਾਉਣਾ ਭਾਂਡੇ ਚ ਮਿੱਟੀ ਪਾਉਣੀ ਫਿਰ ਪਾਣੀ ਪਾ ਕੇ ਇਹਨੂੰ ਫਿਰ ਅਸੀਂ ਉਹਦੇ ਗੋਲ ਕਰਕੇ ਉਹਦੇ ਚ ਭੁੰਨਣਾ ਵਾ ਮਿੱਟੀ ਨੂੰ ਫਿਰ ਥੋਬੇ ਬਣਾਉਣੇ ਇਹਦੇ ਭਾਜੀ ਉਹਦੇ ਥੋਬੇ ਬਣਾ ਕੇ ਫਿਰ ਇਹਨਾਂ ਨੇ ਪੈਰਾਂ ਨਾਲ ਮਲਣਾ ਉਹਨੂੰ ਪੈਰਾਂ ਨਾਲ ਮਲ ਕੇ ਫਿਰ ਇਹਨਾਂ ਨੇ ਥੋਬੇ ਦੇ ਬਣਾਉਣੇ ਇਹਨਾਂ ਨੇ ਇਸ ਨਾਲ ਜਾਣਾ ਚਾਹੁੰਦੇ ਹਾਂ ਵੀ ਜਿਹੜਾ ਕੰਮ ਆਪਣਾ ਘੁਮਿਆਰ ਵਾਜ ਕਰਦੇ ਆ ਵੀਰ ਮੇਰੇ ਘੁਮਿਆਰ ਕੰਮ ਕਰਨ ਅਸੀਂ ਇਹੋ ਮੰਗ ਕਰਦੇ ਕਿ ਆਪਣੇ ਇਹ ਕੰਮ ਨਾ ਛੱਡਣ ਜਿੰਨਾ ਵੀ ਕਰਨਾ ਚਾਹੁੰਦੇ ਕਰਨ ਆਪਣਾ ਕੰਮ ਮਿੱਟੀ ਦਾ ਮਿੱਟੀ ਦਾ ਦੀਵਾ ਬਾਲਣ ਆਪਣਾ ਅਤੇ ਭਾਂਡੇ ਮਿੱਟੀ ਜਿਹੜੀ ਬਣਦੀ ਰੋਟੀ ਪਾਣੀ ਖਾਣ ਆਪਾਂ ਬਣਾ ਕੇ ਸ਼ੀਲ ਭਾਵ ਛੱਡਣ अमृतसर में अब तक डेंगू के 30 और चिकनगुनिया के 23 केस सामने आ चुके हैं। तो वहीं इस संबंधी जानकारी देते हुए सिफल अस्पताल की SMO डॉक्टर रश्मि विच ने बताया कि सेहत विभाग की ओर से डेंगू से निपटने के लिए पुख्ता प्रबंध किए गए हैं और उनकी ओर से सिविल अस्पताल में डेंगू वार्ड बनाया गया है जिसमें 6 बेड लगाए गए हैं। अगर डेंगू के मरीजों में बढ़ोतरी होती है तो और भी बेड उनकी ओर से लगाए जाएंगे। उन्होंने कहा कि सिविल अस्पताल में फिलहाल डेंगू का कोई एक्टिव केस नहीं है, लेकिन पिछले सप्ताह 4 मरीज जरूर आए थे जिनका इलाज कर उन्हें घर भेज दिया गया था। उन्होंने कहा कि सिविल अस्पताल में डेंगू के मरीजों का निःशुल्क इलाज किया जाता है और उनके पास डेंगू के मरीजों का इलाज करवाने की पूर्ण व्यवस्था है। अमृतसर से हलचल के लिए सुनील खोसला की रिपोर्ट। मेरा नाम है डॉक्टर रश्मि, मैं SMO सिविल हॉस्पिटल के विच ਅਵੇਲੇਬਲ ਹੈ ਡੇਂਗੂ ਪੇਸ਼ੈਂਟਸ ਦੇ NS1 ਐਂਟੀਜਨ ਵਾਲੇ ਔਰ ਅਲਾਈਜ਼ਾ ਵਾਲੇ ਉਹ ਟੈਸਟ ਅਸੀਂ ਕਰ ਸਕਦੇ ਹਾਂ। ਹੁਣ ਸਭ ਤੋਂ ਅੱਛੀ ਗੱਲ ਹੈ ਕਿ ਜੇ ਉਹਨਾਂ ਨੂੰ ਪਲੇਟਲੈਟਸ ਦੀ ਜ਼ਰੂਰਤ ਹੋਵੇ ਤਾਂ ਸਾਡੇ ਬਲੱਡ ਬੈਂਕ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਉਹਨਾਂ ਨੂੰ ਪਲੇਟਲੈਟਸ ਵੀ ਦੇ ਦਿੱਤੇ ਜਾ ਸਕਦੇ ਨੇ। ਇਸ ਦਿਨ ਤੱਕ ਤੇ ਹਾਲੇ ਤੇ ਕੋਈ ਸਾਡੇ ਕੋਲ ਐਕਟਿਵ ਡੈਂਗੀ ਕੇਸਿਸ ਨਹੀਂ ਹੈਗੇ, ਬਟ ਰਿਪੋਰਟ ਮੁਤਾਬਿਕ ਸਾਡੇ ਕੋਲ 4 ਪੇਸ਼ੈਂਟਸ ਉਹਨਾਂ ਦਾ ਟ੍ਰੀਟਮੈਂਟ ਇੱਥੇ ਡੈਂਗੀ ਦਾ ਹੋ ਗਿਆ ਹੈ। ਜਿਹਨਾਂ ਦੇ ਵਿੱਚ ਪਾਣੀ ਕਲੈਕਟ ਹੋ ਜਾਏ ਫਰੈਸ਼ ਵਾਟਰ, ਕਿਉਂਕਿ ਜਿਹੜਾ ਫਰੈਸ਼ ਵਾਟਰ ਹੈ ਉਹਦੇ ਵਿੱਚ ਹੀ ਡੈਂਗੀ ਦਾ ਲਾਰਵਾ ਉਤਪੰਨ ਹੁੰਦਾ। ਉਹਨਾਂ ਨੂੰ ਇਸ ਬਾਰੇ ਚੇਤਨਾ ਕਰਾਈ ਦੇ ਕਿ ਸਾਫ ਸਫਾਈ ਕਰੀਏ ਤਾਂ ਕਿ ਕੋਈ ਵੀ ਇਹੋ ਜਿਹਾ ਬਰਤਨ ਚਾਹੇ ਟੁੱਟਾ ਚਾਹੇ ਦੂਸਰਾ ਕੋਈ ਟਾਇਰ ਕੋਈ ਸਭ ਦੇ ਲੋਕਾਂ ਦੇ ਜਿਹੜੇ ਵਾਟਰ ਕੂਲਰ ਕੋਈ ਡਿਸਕਾਰਡਡ ਹੈ, ਕੋਈ ਢੱਕਣ ਨਹੀਂ ਪਏ ਹੁੰਦੇ ਹੈ ਕਿਸੇ ਦੇ ਟੁੱਟੇ ਹੋਏ ਜਾਂ ਕਿਸੇ ਦੇ ਕੂਲਰ ਦੇ ਵਿੱਚ, ਉਹਨਾਂ ਵਿੱਚ ਜਦੋਂ ਪਾਣੀ ਇਕੱਤਰਿਤ ਹੋ ਜਾਂਦਾ ਹੈ ਤੇ ਉਹ ਜਿਹੜਾ ਪਾਣੀ ਹੈ ਉਹ ਸਾਫ ਪਾਣੀ ਹੁੰਦਾ ਪਰ ਉਹਦੇ ਵਿੱਚ ਡੈਂਗੀ ਦਾ ਲਾੜਵਾ ਉਹ ਉਤਪੰਨ ਹੋ ਜਾਂਦਾ। ਕਿਸੇ ਦੀ ਛੱਤ ਉੱਤੇ ਜੇ ਕੋਈ ਟੁੱਟੇ ਜੁੱਤੇ ਪਏ ਹੋਏ ਜਾਂ ਕੋਈ ਵੀ ਸਮਾਨ ਜਿਹਦੇ ਵਿੱਚ ਕਿ ਪਾਣੀ ਇਕੱਠਾ ਹੋ ਸਕਦਾ, ਫਿਰ ਉਹਨਾਂ ਨੂੰ ਇਹ ਵੀ ਚੇਤਨਾ ਦੇ ਦੀ ਹੈ ਕਿ ਜਿੱਥੇ ਆਪਣੇ ਘਰਾਂ ਦੀ ਸਾਫ ਸਫਾਈ ਦੇ ਨਾਲ ਨਾਲ ਆਪਣੇ ਫੁੱਲ ਸਲੀਵਸ ਦੇ ਕੱਪੜੇ ਪਾਣ ਤਾਂ ਜੋ ਉਹਨਾਂ ਨੂੰ ਮੱਛਰ ਦਾ ਜਿਹੜਾ ਕੱਟਣਾ ਹੈਗਾ ਉਹ ਘੱਟ ਹੋ ਸਕੇ ਤੇ ਇੱਕ ਮਸਕੀਟੋ ਰਿਪੈਲੈਂਟਸ ਦਾ ਇਸਤੇਮਾਲ ਕਰੇ। ਅੰਮ੍ਰਿਤਸਰ ਸਿਵਲ ਹਸਪਤਾਲ ਦੇ ਜਿਹੜੇ ਇਨਫ ਡਾਕਟਰ ਨੇ ਜੋ ਡੇਂਗੂ ਦਾ ਇਲਾਜ ਤੇ ਐਡਿਕੁਏਟ ਹੈ, ਬਟ ਸਾਡੇ ਕੋਲ ਜਿਹੜੇ MD ਮੈਡੀਸਨ ਡਾਕਟਰ ਹੈਗੇ ਆ ਉਸ ਅਸੀਂ ਹਾਇਰ ਅਥਾਰਟੀਜ਼ ਨੂੰ ਵੀ ਇਨਫੋਰਮ ਕੀਤਾ ਹੋਇਆ ਕਿ ਉਹ ਸਾਡੇ ਕੋਲ ਸਪਤਾਹ ਦੇ ਵਿੱਚ ਸਿਰਫ 2 ਦਿਨ ਅਵੇਲੇਬਲ ਹੈ, ਪਰ ਸਾਡੇ ਕੋਲ DRP ਰੈਜ਼ੀਡੈਂਟ ਹੈ ਜਿਹੜੇ ਬੱਚੇ MD ਕਰ ਰਹੇ ਆ ਉਹ ਸਾਡੇ ਕੋਲ ਅਵੇਲੇਬਲ ਹੈ ਤੇ ਜਿਹੜੀ ਐਟਲੀਸਟ ਉਹਨਾਂ ਨੂੰ ਜਿਹੜੀ ਪ੍ਰਾਇਮਰੀ ਏਡ ਅਸੀਂ ਬੜੇ ਅੱਛੇ ਤਰੀਕੇ ਨਾਲ ਮੁਹੱਈਆ ਕਰਾ ਸਕਦੇ ਹਾਂ। ਜਿਹੜਾ ਡੇਂਗੂ ਦਾ ਮੁੱਢਲੀ ਹਮ ਜਿਹੜਾ ਇਲਾਜ ਹੁੰਦਾ ਨਾ ਬਿਲਕੁਲ ਮੁਫਤ ਹੈ, ਬਿਲਕੁਲ ਐਬਸੋਲੂਟਲੀ ਫ੍ਰੀ ਆਫ ਕਾਸਟ। ਵੇਦ ਪ੍ਰਚਾਰ ਮੰਡਲ ਪੰਜਾਬ ਦੁਆਰਾ ਮੰਡਲ ਕੇ ਪ੍ਰਾਂਤੀ ਮਹਾਸਚਿਵ ਰੋਸ਼ਨ ਲਾਲ ਆਰੇ ਕੇ ਮਾਰਗਦਰਸ਼ਨ ਮੇਂ ਏਵਮ ਪ੍ਰਿੰਸੀਪਲ ਸਵਤੰਤਰ ਪਠਾਨੀਆ ਕੇ ਮਾਰਗਦਰਸ਼ਨ ਮੇਂ ਅੰਤ ਵਿਦਿਆਲਯ ਵੈਦਿਕ ਭਾਸ਼ਣ ਪ੍ਰਤੀਯੋਗਿਤਾ ਕਾ
आयोजन देवी सहाय एसडी सीनियर सेकेंडरी स्कूल बस्ती 9 जालंधर में किया गया। तो वहीं समारोह की अध्यक्षता एसडी ग्रुप्स ऑफ इंस्टीट्यूशंस जालंधर की शैक्षणिक सलाहकार डॉक्टर किरण अरोड़ा ने की। संस्कृति केएमवी स्कूल की प्रिंसिपल रचना मोंगा ने दीप प्रज्वलित कर समारोह का उद्घाटन किया। तो वहीं आर्य मित्र गुप्ता डॉक्टर आर डी तिवाड़ी ने ड्रॉ निकालकर और प्रतियोगियों को बैच प्रदान कर प्रतियोगिता का आरंभ करवाया। समारोह के मुख्य अतिथि ध्रुव मित्तल एवं अन्य अतिथियों का स्वागत प्रिंसिपल स्वतंत्र पठानिया रजनीश वारे बॉबी मल्होत्रा वेद प्रकाश महाजन सुमित अरोड़ा एवं मंडल के अन्य सदस्यों ने किया। इस प्रतियोगिता में 18 विद्यालयों के छात्रों ने भाग लिया। प्रोफेसर रीना शर्मा डॉक्टर उषा अवस्थी प्रोफेसर सोमनाथ शर्मा ने निर्णायक की भूमिका निभाई। वहीं समारोह के अध्यक्ष डॉक्टर किरण अरोड़ा ने अपने संबोधन में कहा कि आज जब हम पश्चिम संस्कृति का अंधानुकरण कर रहे हैं ऐसे समय में वेद प्रचार मंडल युवा वर्ग में नैतिक मूल्यों को बढ़ावा देने के लिए और भारतीय संस्कृति के प्रति उन्हें जागृत करने के लिए सराहनीय कार्य कर रहा है। डॉक्टर किरण अरोड़ा ने विजेता प्रतिभागियों को पुरस्कार प्रदान किए। प्रथम पुरस्कार पार्वती जैन स्कूल की छात्रा मानसी को, द्वितीय पुरस्कार दिव्य सहाय एसडी सीनियर सेकेंडरी स्कूल की श्रेया को, तृतीय पुरस्कार इनोसेंट हार्ट की अर्चना कुमारी, लोहारा प्रशंसनीय पुरस्कार अंजना देवी जेबीए पब्लिक स्कूल फिलौर एवं अंगद शर्मा संस्कृति केएमवी स्कूल जालंधर को मिला। जालंधर से हलचल के लिए कैमरामैन सुदेश भगत की रिपोर्ट। हमने इस प्रतियोगिता के माध्यम से जो जानकारी देने का प्रयास कर रहे हैं, अब इस प्रतियोगिता में मुझे ऐसे बहुत से व्यक्ति मिलते हैं कि जो ये कहते हैं कि सर आपकी प्रतियोगिता में मेरा थर्ड प्राइज था, सेकंड था, जो टीचर साथ आ रहे हैं। मुझे याद है कि पिछले दिन कार्यक्रम था, बेटी थी, वो कहती थी मैं अपने सुपरवाइजर से आपको मिलाना चाहती हूँ, वो भी स्कूल में टीचर थी। तो जब वो मुझे मिली, सर आपको आपको मुझे पहचाना लग गया, मैं कैसे पहचान सकता हूँ, कहते मैं खालसा कॉलेज में पढ़ती थी तो मुझे थर्ड प्राइज मिला था, मेरी पहचान लग गई थी प्रतियोगिता। देखा आपको उसका लाभ क्या हुआ, कहते जी आप लोग जो विचारते हैं हम उनको मैं अपने बच्चों को आगे देने का प्रयास कर रही हूँ। तो मैं इसमें ये कहना चाहूँगा, एक तो आप सबका बहुत बहुत धन्यवाद। बच्चों यहाँ मंच पे आना ही बहुत बड़ी बात है और ये एक प्रयास है। हमारी जो प्रतियोगिता बहुत डिफरेंट है, इसमें टीचर को, बच्चे को, पेरेंट्स को बहुत मेहनत करनी पड़ती है यहाँ तक आने के लिए। सौदे के कॉम्पिटिशन है, वो रटे रहे टॉपिक्स होते हैं जो आपने भेज दिए, हम एक टॉपिक अलॉट करके भेजते हैं। कभी मुझे कहते हैं कि चॉइस दे दो, कहते अगर मैं चॉइस दे दूंगा 30 टॉपिक्स भेजूँ, मैंने वो भी करके देखा है, तो वो नशे पे हो गया, दरगाह नारे, इन जो जनरल टॉपिक्स है उन पर कोई बोलेगा, संस्कृति पर कोई नहीं बोलने के लिए दिया। एक चीज हम लैक करते हैं वो है एथिक्स, मॉरल वैल्यूज और संस्कारों को बच्चों में आने देना, कि बच्चे उसके बारे में इंट्रोस्पेक्ट करें, उसके बारे में सोचें। क्योंकि पहले तो इंट्रोस्पेक्शन होती है, सोचा जाता है, फिर इम्प्लीमेंटेशन की स्टेज आती है। मैं हैरान हूँ, अब मुझे एक बात याद आ रही थी कि मैडम अवस्थी जब मेरे को मिली है कि जिस कॉलेज में मैंने लेक्चरशिप की, एसडीपी कॉलेज लुधियाना में, आपने उसी कॉलेज में काम किया है मेरे आने से पहले। मुझे अब याद आ रहा था इनसे बात करें कि जब लुधियाना में जब मैं थी, मैंने उस कॉलेज को 96 में छोड़ा था, तो वेद प्रचार मंडल के दरेसी ग्राउंड में प्रोग्राम्स हुआ करते थे, शायद आप ही करवाते थे, उसमें मैं बच्चों को लेकर आया करती थी। ये आज मैडम बस्ती के साथ मिलकर मुझे ध्यान में आया। मैं बहुत बहुत आभारी हूँ श्री तिवारी जी के, जो कि रिटायर्ड प्रोफेसर हैं डीएवी कॉलेज के, इनका बहुत अच्छा, इन्होंने अपनी सजेशन दी है कि गीता के कुछ पार्ट्स, पहले आपने किए हुए हैं कुछ पार्ट्स, लेकिन कुछ पार्ट्स जो बच्चों के पॉइंट ऑफ व्यू से इम्पोर्टेंट हैं उनको इनकॉर्पोरेट किया जाए। मेरे को बेहद खुशी हुई है ये देखकर कि जो पीएनबी बैंक के, पंजाब नेशनल बैंक के एक्स एजीएम हैं श्री आर्य मित्र गुप्ता जी, वो भी हमारे बीच में उपस्थित हैं। मैं नोट कर रही थी कि जब भी ये रोशन आर्य जी कुछ बात कर रहे थे या बच्चे कुछ बोल रहे होते थे, ये बीच में मरमर कर रहे थे, मैं सुन रही थी, काम थोड़े तेज है मेरे, हर चीज में सुन रही थी, हर मंत्र
और हर जो बच्चे एक्सप्रेस कर रहे थे, जो संस्कृत के श्लोक बोल रहे थे, ये बराबर उनके साथ बोल रहे थे, और कितनी इनकी निष्ठा है, कितने डिवोशन से वो, इस कारण मुझे लगता है कि ये यज्ञ से कम नहीं है जो इन्होंने आर्या जी ने शुरू किया हुआ है। माँ मंगलामुखी धाम गुलमोहर सिटी नजदीक लंबा पिंड चौक चलाता में श्री शनिदेव महाराज के निमित्त श्रृंखलाबद्ध साप्ताहिक दिव्य हवन यज्ञ का आयोजन मंदिर परिसर में किया गया। सर्वप्रथम रमनु द्वारा मुख्य यजमान बाबा खन्ना से सपरिवार पंचोपचार पूजन, शोषोपचार पूजन, नवग्रह पूजन उपरांत हवन यज्ञ में आहूतियाँ डलवाई गई। तो वही सिद्ध माँ मंगलामुखी धाम के प्रेरक प्रवक्ता नवजीत भारद्वाज जी ने दिव्य हवन यज्ञ पर उपस्थित प्रभु भक्तों को मनुष्य के मन के बारे में व्याख्यान करते हुए कहा कि ये सत्य है कि इस मन की गति की कोई तुलना नहीं कर सकता, कोई इसे पकड़ नहीं सकता, कोई इसे बस में नहीं कर सकता। उन्होंने कहा कि ये चंचल मन बदल जाए, साधक बन जाए, माया मोह के संसार से पूर्णतः निर्लिप्त हो जाए तो यही हमारा मन जीवन में महानतम कार्य कर सकता है। वहीं उन्होंने 27 अक्टूबर को मंदिर परिसर में आयोजित होने वाले अलौकिक मासिक हवन यज्ञ में सम्मिलित होने का निमंत्रण सभी माँ भक्तों को दिया। उन्होंने दीपावली पर्व पर मंदिर परिसर में आयोजित होने वाले हवन यज्ञ के बारे में भी विस्तार से जानकारी दी। इस अवसर पर श्वेता भारद्वाज, राकेश प्रभाकर, समीर कपूर, अमरेंद्र कुमार शर्मा, नवदीप, प्रिंस कुमार सहित भारी संख्या में भक्तजन उपस्थित रहे। वहीं हवन यज्ञ उपरांत विशाल लंगर भंडारे का आयोजन भी किया गया। जय गणपति सेवा सोसाइटी जालंधर छावनी की ओर से 22वां वार्षिक माँ भगवती का जागरण मोहल्ला नंबर 23-24 के मध्य जालंधर छावनी में 27 अक्टूबर दिन रविवार को बड़ी ही धूमधाम एवं श्रद्धाभाव से करवाया जा रहा है, जिसमें प्रसिद्ध भजन मंडलियाँ माँ भगवती की महिमा का गुणगान करेंगी। तो वही सोसाइटी के अध्यक्ष हरविंदर सिंह पप्पू की ओर से अपने साथियों सहित जागरण स्थल पर तैयारियों संबंधी जायजा लिया गया। उन्होंने बताया कि जागरण में दैनिक सवेरा के मुख्य संपादक शीतल विज बतौर मुख्य अतिथि शामिल होकर माथा टेक आशीर्वाद प्राप्त करेंगे। इस दौरान उन्होंने सभी माँ भक्तों से इस जागरण में बढ़ चढ़ कर भाग लेने की अपील भी की। जालंधर छावनी से हलचल के लिए कैमरामैन जतिन राजपूत की रिपोर्ट। जय माता दी, जो कि कल 27 तरीक न जागरण 22वां जलंधर कैंट के मला नंबर 23 और 24 के मनाया जा रहा। वो खास तौर पर साढ़े अठवाल साहब मदन जी ने आके माँ का और गुड़िया ने उन्होंने गुड़िया ने बेटी ने आके आशीर्वाद लेना। वो साढ़े भूषण अग्रवाल जी जो कि रंग के प्रधान ने उन्होंने साढ़े चेचे तौर के उपर जो बाऊ जी शीतल विज जी उन्होंने आके माँ का आशीर्वाद भी लेना है और आके लंगर का उद्घाटन भी करना। वो साढ़े सरदार इकबाल सिंह जी गवर्नर पौंडाचेरी उन्होंने भी आना वै और साढ़े बलदेव अटवाल जी ने आके नाल साढ़े पूजा करानी है। तो इन्हों सारे परिवार ने गुड़िया ने भी आना है और साडा सारे परिवार वालों कल इतने जो मनी लाडरा जी ने आके माँ का गुणगान करना है। सारे कैंटन वासियों और जलंधर वासियों पूरे पंजाब में अपने वालों मैं अपील करता कि आके माँ का आशीर्वाद लैन और लंगर ग्रहण कर। जय माता दी, जय माता। सिद्ध शक्तिपीठ श्री देवी तालाब मंदिर सरोवर तटवासिनी पर स्थित विश्वमुखी माँ त्रिपुरमाली धाम में साप्ताहिक भजन संध्या करवाई गई, जिसमें सर्वप्रथम माँ त्रिपुरमाली चालीसा का गुणगान राजकुमार सहकरण पार्टी द्वारा किया गया, जिसके पश्चात भजन गायिका टीना सिंह एंड पार्टी जलंधर वालों ने माँ भगवती के भजनों को गाकर उपस्थित माँ भक्तों को झूमने पर विवश कर दिया। माता की इस चौकी में मंच संचालन बलदेव आनंद ने किया। इस अवसर पर वरिष्ठ प्रधान ललित गुप्ता, कोषाध्यक्ष पविंदर बहल, पूर्व प्रधान विनोद गुप्ता, सीमा गल्होत्रा, यादव खोसला, रमन शर्मा, सौरभ शर्मा, रविंद्र प्रभाकर, भारत भूषण बजाज, जगमोहन सिंह खोसला सहित असंख्य भक्तजन भी उपस्थित रहे। जालंधर से हलचल के लिए कैमरामैन सुदेश भगत की रिपोर्ट। Sit down.
मनोरथ सबके प्रति उनको विकारों से मिले मिट्टी को चंदन कर देना Yeah.
कायक ग्रुप ऑफ इंडस्ट्रीज के चेयरमैन ओंकार नाथ अग्रवाल का गत दिवस आकस्मिक निधन हो गया। उनका अंतिम संस्कार जालंधर कैंट स्थित दीपनगर के रामबाग शमशान घाट में किया गया। इस दौरान स्वर्गीय ओंकार नाथ अग्रवाल को मुखाग्नि उनके बेटे शरद अग्रवाल ने दी। इस मौके पर जालंधर उत्तर के विधायक बाबा हेनरी, पूर्व विधायक राजेंद्र बेरी, पूर्व विधायक जालंधर कैंट सोनू ढेसी, उद्योगपति नरेंद्र सिंह सग्गू, उद्योगपति बलराम कपूर, लवली ग्रुप के नरेश मित्तल, भाजपा नेता राकेश राठौर, भाजपा नेता सुभाष सूद व पारिवारिक सदस्यों में पत्नी मंजू अग्रवाल, शरद, नीरू अग्रवाल, पूनम, राजीव अग्रवाल, भरत सरोनवाला, उमा, केएम अग्रवाल, सिद्धांत, राघव अग्रवाल, ईशा, अभिनव, आशना, ईशान अग्रवाल, आर्यव सहित शहर के राजनीतिक, सामाजिक, व्यापारिक और धार्मिक जगत से जुड़े लोगों ने पहुंचकर स्वर्गीय ओंकार नाथ अग्रवाल को नम आंखों से अंतिम विदाई दी। और अब अंत में हलचल की गतिविधियों पर एक नजर फिर से। अमृतसर के फतेहगढ़ चूड़िया रोड पर बाईपास पर मोटरसाइकिल और स्कॉर्पियो में हुई भीषण टक्कर, 3 नौजवानों की हुई मौत। अमृतसर के तरन तारण रोड पर स्कूल और गुरुद्वारा साहिब के नज़दीक लगे कूड़े के ढेर, स्कूली बच्चों और राहगीरों का गुजरना हुआ दुभर। इसके साथ ही अब तक की गतिविधियां समाप्त होती हैं और ताज़ा जानकारी के लिए देखते रहिए।